ਸਾਡਾ ਜੀ ਦੋਸਤੋ ਸਤਿ ਸ਼੍ਰੀ ਅਕਾਲ। ਸੋ ਮੈਂ ਅੱਜ ਵੀਡੀਓ ਦੇ ਜ਼ਰੀਏ ਤੁਹਾਨੂੰ ਦੱਸਣ ਜਾ ਰਿਹਾ ਵੀ ਡਰੈਲ ਮੱਛਾਂ ਨੂੰ ਕਿਵੇਂ ਕਰੀਨੇ, ਕਿਹੜਾ ਡਰੈਲ ਯੂਜ਼ ਕਰੀਨੇ। ਅਕਸਰ ਵੀਡੀਓ ਦੇ ਜ਼ਰੀਏ ਤੁਹਾਨੂੰ ਦੱਸਦਾ ਰਹਿਣਾ ਮੈਂ ਵੀ ਇਦਾਂ ਯੂਜ਼ ਕਰੋ। ਸੋ ਉਹਦੇ ਵਾਸਤੇ ਫਾਰਮੂਲਾ ਕੀ ਹੈ ਤੇ ਵੀਰ ਜੀ ਆ ਡਰੈਲ ਨਾਲ ਮੱਛਾ ਸੈੱਟ ਕਰਕੇ ਦਿਖਾਓ। ਅੱਲਾ ਵੀ ਲਿਆਇਆ ਜੀ ਮੈਡਮ, ਬਸ ਠੀਕ ਹੈ ਜੀ। ਤੁਸੀਂ ਸਮਝਦੇ ਹੋ, ਤੁਸੀਂ ਦੇਖ ਰਹੇ ਹੋ ਇਹ ਡਰੈਲ ਦੇ ਵਿੱਚ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ, ਹੀਟ ਵੀ ਬਹੁਤ ਜ਼ਿਆਦਾ ਹੁੰਦੀ ਹੈ। ਤੁਸੀਂ ਇਸ ਨੂੰ ਵਾਲਾਂ ਨੂੰ ਸਟੇਅਰ ਨਹੀਂ ਕਰ ਸਕਦੇ। ਸੋ ਇਹਦੇ ਵਾਸਤੇ ਮੈਂ ਤੁਹਾਨੂੰ ਦੱਸ ਰਿਹਾ ਨਾ ਅੱਜ ਤਾਂ ਵੀਡੀਓ ਜ਼ਰੀਏ ਦੱਸਣ ਜਾ ਰਿਹਾ ਵੀ ਇਹ ਡਰੈਲ ਤੁਸੀਂ ਮੁੱਛਾਂ ਵਾਸਤੇ ਯੂਜ਼ ਨਹੀਂ ਕਰ ਸਕਦੇ। ਇਹ ਵਾਲ ਸਿਰਫ ਵਾਲਾਂ ਦੀ ਸੈਟਿੰਗ ਕਰਨ ਵਾਸਤੇ ਹੀ ਟੂ ਮੱਚ ਹੈ, ਇਹਦਾ ਸਟਾਈਲ ਬਣਾਉਣ ਵਾਸਤੇ ਹੀ ਟੂ ਮੱਚ। ਬਾਈ ਦੇ ਵਾਲ ਬਹੁਤ ਘੈਂਟ ਨੇ ਜੱਗੀ ਵੀਰ ਜੀ, ਠੀਕ ਹੈ ਜੀ। ਤੇ ਆਪਾਂ ਯੂਜ਼ ਕਰਾਂਗੇ ਜੀ ਛੋਟਾ ਡਰੈਲ। ਇਹ ਡਰੈਲ ਤੁਹਾਡੇ ਮੁੱਛਾਂ ਨੂੰ ਸਟੇ ਦਿੰਦਾ ਹੈ ਤੇ ਹਲਕਾ ਜਿਹਾ ਤੁਸੀਂ ਪਾਣੀ ਲਾਓਗੇ। ਫਿਰ ਜੀ ਇੱਧਰ ਕਰੋ ਕੈਮਰਾ, ਇਹਨੂੰ ਹਲਕਾ ਜਿਹਾ ਪਾਣੀ ਲਾਓਗੇ ਮੁੱਛਾਂ ਨੂੰ ਇਸਦਾ ਕਰਕੇ, ਸਿਰਫ ਹਲਕਾ ਜਿਹਾ ਤਾਂ ਕਿ ਤੁਹਾਨੂੰ ਪਤਾ ਲੱਗੇ ਮੁੱਛ ਨੂੰ ਪ੍ਰੋਪਰ ਪਾਣੀ ਲੱਗ ਗਿਆ। ਉਸ ਤੋਂ ਬਾਅਦ ਤੁਸੀਂ ਮੁੱਛ ਦੇ ਵਿੱਚ ਆਹ ਉਂਗਲ ਪਾਓਗੇ ਤੇ ਆਹ ਗੁੱਠੇ ਨਾਲ ਇਹਨੂੰ ਦੱਬ ਲਓਗੇ ਇਸ ਤਰ੍ਹਾਂ ਕਰਕੇ। ਦੇਖੋ ਤੁਸੀਂ ਦੇਖ ਰਹੇ ਹੋ ਵੀ ਹਵਾ ਦਾ ਫਲੋ ਇੰਨਾ ਕੁ ਹੈ, ਇਹਦੇ ਵਿੱਚ ਹੀਟ ਥੋੜੀ ਜਿਹੀ ਜ਼ਿਆਦਾ ਹੁੰਦੀ ਤਾਂ ਕਿ ਸੁੱਕਣ ਤੱਕ ਦਾ ਵੇਟ ਕਰੋ। ਵੀਰ ਜੀ ਤੁਸੀਂ ਵੀ ਧਿਆਨ ਰੱਖਿਓ ਇਸ ਵੱਲ। ਭਾਈ ਸਾਹਿਬ ਤੁਸੀਂ ਵੀ, ਤੁਹਾਡੀ ਗੁੱਡ ਜੋਬ ਹੈ ਜੀ, ਤੁਸੀਂ ਆਏ ਹੋ ਸਾਡੇ ਕੋਲ ਤੇ ਜੱਗੀ ਭਾਅ ਜੀ ਤੁਸੀਂ ਲੈ ਕੇ ਆਏ ਹੋ ਤੇ ਤੁਹਾਡਾ ਥੈਂਕ ਯੂ। ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਜੀ ਅਸੀਂ, ਤੇ ਇੱਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ। ਸਿਰਫ 15 ਸਕਿੰਟਾਂ ਦੇ ਵਿੱਚ ਤੁਸੀਂ ਮੁੱਛਾਂ ਨੂੰ ਸਟੇ ਕਰ ਸਕਦੇ ਹੋ, ਬਹੁਤ ਵਧੀਆ ਸ਼ੇਪ ਲੈ ਸਕਦੇ ਹੋ। ਜਦੋਂ ਤੁਸੀਂ ਸਵੇਰੇ ਤਿਆਰ ਹੁੰਦੇ ਗਿੱਲੀ ਮੁੱਛ ਤੇ ਹੀ ਡਰੈਲ ਕਰੋ। ਦੇਖੋ ਉਦੋਂ ਗਿੱਲੀ ਹੁੰਦੀ ਹੈ ਨਾ ਸਵੇਰੇ ਸਵੇਰੇ, ਤਾਂ ਗਿੱਲੀ ਮੁੱਛ ਤੇ ਡਰੈਲ ਕਰੋਗੇ ਤਾਂ ਮੁੱਛ ਤੁਹਾਡੀ ਬਹੁਤ ਵਧੀਆ ਸ਼ੇਪ ਚ ਰਹੂਗੀ। ਇਹ ਹੈ ਜੀ ਨੈਚੁਰਲ ਤਰੀਕਾ ਜਿਹੜਾ ਅਸੀਂ ਤੁਹਾਡੇ ਤੇ ਯੂਜ਼ ਕਰਦੇ ਹਾਂ ਤਾਂ ਕਿ ਤੁਹਾਡੇ ਜਿਹੜੇ ਵਾਲ ਨੇ ਬਹੁਤ ਵਧੀਆ ਬਣੇ ਰਹਿਣ, ਵਾਲ ਡੈਮੇਜ ਨਾ ਹੋਣ। ਇਹ ਆਪਣਾ ਬਣਾਇਆ ਹੋਇਆ ਸਾਰਾ ਕੁਝ ਜੋ ਕੈਮੀਕਲ ਅਸੀਂ ਯੂਜ਼ ਕਰਦੇ ਹਾਂ, ਠੀਕ ਹੈ ਜੱਗੀ ਵੀਰ? ਠੀਕ ਹੈ। ਹਾਂ ਸਰ, ਗੱਲ ਦੱਸਦਾ ਵੀਰ ਹੈਗਾ ਸੈਲੂਨ ਚਲਾਉਂਦੇ ਨੇ ਤੇ ਇਹਨਾਂ ਨੇ ਲਹਿਰੇ ਵਿੱਚ ਹੈ ਜੀ, ਲਹਿਰੇ ਵਿੱਚ ਇਹਨਾਂ ਕੋਲੇ ਵੀ ਜਾਇਆ ਕਰੋ। ਜੇਕਰ ਤੁਸੀਂ ਲਹਿਰੇ ਏਰੀਏ ਦੇ ਹੋ ਤਾਂ ਜਾਇਆ ਕਰੋ। ਇਹ ਵੀ ਹੁਣ ਮੁੱਛਾਂ ਦਾ ਕੰਮ ਸ਼ੁਰੂ ਕਰਨ ਜਾ ਰਹੇ ਨੇ, ਆਪਾਂ ਇਹਨਾਂ ਨੂੰ ਹੋਰ ਦੱਸਾਂਗੇ ਕੋਈ ਸਪੈਸ਼ਲ ਜਿਹਾ ਫਾਰਮੂਲਾ ਹੈ ਜੱਗੀ, ਠੀਕ ਹੈ ਬਾਈ? ਠੀਕ ਹੈ ਨਾ ਭਾਈ ਸਾਹਿਬ, ਦੱਸਣਾ ਚਾਹੀਦਾ ਨਾ। ਤੇ ਵੈਸੇ ਮੈਂ ਦੱਸਦਾ ਨਹੀਂ ਹੁੰਦਾ, ਇਹਨੂੰ ਵੀ ਉਦੋਂ ਦੱਸੋ ਜਦੋਂ ਕੋਈ ਗੱਲ ਨੇੜੇ ਲੱਗੂ, ਠੀਕ ਹੈ? ਠੀਕ ਹੈ ਜੀ। ਤੇ ਜੱਗੀ ਇਹ ਵੀਰੇ ਐ ਨਹੀਂ ਬਟਾ ਨਹੀਂ ਦੁਬਾਰੇ ਐ ਨਹੀਂ ਵੀਰੇ, ਆ ਦੇਖਿਓ ਆ ਤੁਸੀਂ ਆਲਰੇਡੀ ਸਿੱਧੇ ਕਰ ਰਹੇ ਹੋ ਮੁੱਛ ਨੂੰ ਵੀ ਸਿੱਧੀ ਹੋ ਜਾ ਹਨਾ। ਤੇ ਹਾਂ ਇਹ ਤੁਸੀਂ ਸਿਰਫ ਆਹ ਕੁਛ ਕਰਨਾ, ਆਹ ਕੁਛ ਇੰਨਾ ਕੁ ਬਸ। ਹਾਂ ਕਿਆ ਬਾਤ, ਬੜੀ ਜਲਦੀ ਸਿੱਖ ਗਿਆ। ਇਹ ਸੈਲੂਨ ਚਲਾਉਂਦੇ ਨੇ ਇਸ ਕਰਕੇ ਇਹਨੂੰ ਜਲਦੀ ਪਤਾ ਲੱਗ ਗਿਆ, ਨਹੀਂ ਜਲਦੀ ਜਲਦੀ ਬੰਦਾ ਸਮਝਦਾ ਨਹੀਂ। ਇਸ ਕਰਕੇ ਕੀ ਹੈ ਜੀ ਛੋਟਾ ਡਰੈਲ, ਠੀਕ ਹੈ ਭਾਈ ਸਾਹਿਬ? ਤੁਸੀਂ ਵੀ ਇਦਾਂ ਕਰਕੇ ਤੇ ਇਦਾਂ ਬਸ, ਤੁਸੀਂ ਵੀ ਵੀਰੇ ਇਹਦੇ ਵਿੱਚ ਇਦਾਂ ਉਂਗਲ ਪਾ ਕੇ ਬਸ, ਜਿੰਨਾ ਵਧੀਆ ਤੁਸੀਂ ਵਟਾ ਦੇਵੋਗੇ, ਜਿੰਨਾ ਵਧੀਆ ਤੁਸੀਂ ਡਰੈਲ ਕਰੋਗੇ, ਉਹਨਾਂ ਮੁੱਛਾਂ ਦੀ ਲਾਈਫ ਬਹੁਤ ਦੇਰ ਤੱਕ। ਮੈਂ ਤਾਂ ਕਹਿੰਦਾ ਤੁਸੀਂ ਇੱਕ ਵਾਰੀ ਸੈੱਟ ਕਰਾ ਕੇ ਲੈ ਜਾਓ ਮੇਰੇ ਤੋਂ ਮੁੱਛਾਂ, 4 ਮਹੀਨੇ ਸਾਡੇ ਕੋਲ ਆਵੀ ਨਾ ਜੇ ਤੁਸੀਂ ਵਧੀਆ ਤਰੀਕੇ ਨਾਲ ਡਰੈਲ ਕਰਦੇ ਹੋ। ਪਰ ਇਹ ਵੀ ਕਹਿਣਾ ਵੀ ਮੁੱਛ ਥੋੜੀ ਮਹੀਨੇ ਬਾਅਦ ਖਰਾਬ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਤਾਂ ਹੀ ਮੇਰੇ ਕੋਲ ਆਓਗੇ ਹਨਾ, ਠੀਕ ਹੈ ਨਾ ਜੀ ਜੱਗੀ ਸਾਹਿਬ? ਠੀਕ ਹੈ ਦੋਸਤੋ, ਵੀਡੀਓ ਵਧੀਆ ਲੱਗੀ। ਜਿਹੜੇ ਭਰਾਵਾਂ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਹਨਾਂ ਤੱਕ ਜ਼ਰੂਰ ਪਹੁੰਚਾਓ, ਜੇ ਤੁਹਾਨੂੰ ਜ਼ਰੂਰਤ ਹੈ ਤਾਂ ਵੀਡੀਓ ਨੂੰ ਪ੍ਰੋਪਰ ਦੇਖ ਕੇ ਇਸ ਤਰੀਕੇ ਨਾਲ ਤੁਸੀਂ ਡਰੈਲ ਕਰ ਸਕਦੇ। ਜੱਗੀ ਸਮਝ ਆ ਗਈ? ਹਾਂਜੀ ਹਾਂਜੀ। ਕੋਈ ਕਮੀ ਦੱਸ? ਠੀਕ ਹੈ, ਓਕੇ ਜੀ ਮਾ, ਪਹਿਲਾਂ ਨਾਲੋਂ ਮੁੱਛ ਸੋਹਣੀ ਆ ਹੁਣ, ਬਟਾ ਦੇਣ ਦਾ ਪਤਾ ਲੱਗ ਗਿਆ ਵੀਰੇ। ਹਾਂਜੀ ਹਾਂ। ਸੋ ਠੀਕ ਹੈ ਦੋਸਤੋ, ਮਿਲਦੇ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਜੱਗੀ ਭਾਈ।